ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਬਿਜਲੀ ਬੋਰਡ ਦੀ ਜਿਹੜੀ ਰਿਕਰੂਟਮੈਂਟ ਦੀ ਅਨਾਉਂਸਮੈਂਟ ਹੋਈ ਸੀ ਉਸ ਦੀ ਆਫੀਸ਼ੀਅਲੀ ਐਗਜ਼ਾਮ ਦੀ ਡੇਟ ਅਨਾਉਂਸਮੈਂਟ ਹੋ ਚੁੱਕੀ ਹੈ ਨੀਚੇ ਤੁਸੀਂ ਦੇਖ ਸਕਦੇ ਹੋ ਪੋਸਟਾਂ ਦੇ ਅਕੋਰਡਿੰਗ ਅਲੱਗ-ਅਲੱਗ ਪੋਸਟਾਂ ਲਈ ਅਲੱਗ-ਅਲੱਗ ਐਗਜ਼ਾਮ ਡੇਟ ਅਤੇ ਉਸ ਦੀ ਸ਼ਿਫਟ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਆਪਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਾਂ ਜੀ ਤੁਸੀਂ ਪੀਐਸਪੀਸੀਐਲ ਕਲਰਕ ਦੀ ਪੋਸਟ ਫਿਲ ਕੀਤੀ ਹੈ ਤਾਂ ਉਸ ਰਿਗਾਰਡਿੰਗ ਕਾਫੀ ਕਲਾਸਸਿਸ ਮੈਂ ਆਲਰੇਡੀ ਆਪਣੇ ਚੈਨਲ ਤੇ ਪ੍ਰੋਵਾਈਡ ਕਰਵਾ ਦਿੱਤੀ ਹੈ। ਇਹਨਾਂ ਕਲਾਸਸਿਸ ਵਿੱਚ ਐਗਜ਼ਾਮ ਦੇ ਪਾਉਂਟ ਆਫ 뷰 ਨਾਲ ਸਿਰਫ ਇੰਪੋਰਟੈਂਟ ਕੁਐਸਚਨ ਨੇ, ਐਮਸੀਕਿਊ ਕੁਐਸਚਨ ਨੇ ਹੋ ਕਵਰ ਕਰਾਏ ਹੋਏ ਨੇ। ਜੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਕਲਾਸਸਿਸ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਲਿਓ। ਐਂਡ ਜੇ ਤੁਸੀਂ ਕਲਰਕ ਸਿਲੇਬਸ ਦੇ ਰਿਗਾਰਡਿੰਗ ਕੋਈ ਹੋਰ ਵੀਡੀਓ ਮੇਰੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਕਿਸੇ ਵੀ ਟੌਪਿਕ ਦੇ ਰਿਗਾਰਡਿੰਗ ਤਾਂ ਸਿਲੇਬਸ ਦਾ ਉਸ ਟੋਪਿਕ ਜੀ ਦਾ ਨਾਮ ਕਮੈਂਟ ਵਿੱਚ ਮੈਨੂੰ ਲਿਖ ਦਿਓ ਤਾਂ ਮੈਂ ਨੈਕਸਟ ਵੀਡੀਓ ਤੁਹਾਨੂੰ ਜਰੂਰ ਪ੍ਰੋਵਾਈਡ ਕਰਾ ਦੇਗਾ ਉਸ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਨੇ ਉਹ ਸਾਰੇ ਤੁਹਾਨੂੰ ਕਵਰ ਕਰਾ ਦੇਗਾ ਔਕਾ ਦੋਸਤੋ ਹੁਣ ਪੋਸਟ ਵਾਈਜ਼ ਇਗਜ਼ਾਮ ਦੀ ਡੇਟ ਤੇ ਸ਼ਿਫਟ ਬਾਰੇ ਤੁਸੀਂ ਜਾਣ ਲਓ ਹੁਣ ਜਿਵੇਂ ਕਿ ਕਲਰਕ ਦੀ ਪੋਸਟ ਹੈ ਇਹ ਤਿੰਨ ਪੋਸਟ ਮਤਲਬ ਤਿੰਨ ਸ਼ਿਫਟਾਂ ਵਿੱਚ ਡਿਵਾਈਡ ਕੀਤੀ ਹੈ 8 ਨਵੰਬਰ ਨੂੰ ਇੱਕ ਤਾਂ ਫਸਟ ਸ਼ਿਫਟ ਹੋਵੇਗੀ ਇੱਕ 8 ਨਵੰਬਰ ਨੂੰ ਸੈਕੰਡ ਸ਼ਿਫਟ ਹੋਵੇਗੀ ਤੇ ਇਹ 8 ਨਵੰਬਰ ਨੂੰ ਥਰਡ ਸ਼ਿਫਟ ਹੋਵੇਗੀ ਇਸੇ ਤਰ੍ਹਾਂ 9 ਨੂੰ ਵੀ ਇਗਜ਼ਾਮ ਹੈ 9 ਨੂੰ ਤਿੰਨ ਫਾਈਟ ਸਿਫਟ ਸੈਕੰਡ ਸ਼ਿਫਟ ਤੇ ਇੱਥੇ ਇਹਨਾਂ ਨੇ ਟਾਈਮਿੰਗ ਮੈਂਸ਼ਨ ਕੀਤੀ ਹੋਈ ਹੈ ਤੇ ਤੁਸੀਂ ਰਿਪੋਰਟਿੰਗ ਦਾ ਟਾਈਮ ਦਿੱਤਾ ਹੋਇਆ ਵੀ ਕਿੰਨੇ ਵਜੇ ਤੁਸੀਂ ਐਗਜ਼ਾਮ ਸੈਂਟਰ ਤੇ ਪਹੁੰਚਣਾ ਹੈ ਤੇ ਇੱਥੇ ਗੇਟ ক্লোজিং ਦਾ ਟਾਈਮ ਦਿੱਤਾ ਹੋਇਆ ਇੱਥੇ ਐਗਜ਼ਾਮ ਟਾਈਮਿੰਗ ਕਿੰਨੇ ਟਾਈਮ ਹੋਵੇਗਾ ਤੁਹਾਡੇ ਕੋਲ ਐਗਜ਼ਾਮ ਦੇਣ ਵਿੱਚ 8:30 ਤੋਂ ਲੈ ਕੇ 10:00 ਵਜੇ ਤੱਕ ਤੁਹਾਡਾ ਐਗਜ਼ਾਮ ਜਿਹੜਾ ਲਿਆ ਜਾਏਗਾ ਇਸੇ ਤਰ੍ਹਾਂ ਜਿਹੜੀ ਵੀ ਪੋਸਟ ਤੁਸੀਂ ਫੀਲ ਕੀਤੀ ਹੈ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੀ ਡੇਟ ਨੂੰ ਐਗਜ਼ਾਮ ਹੋ ਸਕਦਾ ਹੈ ਤੇ ਕਿਹੜੀ ਸ਼ਿਫਟ 'ਚ ਹੋ ਸਕਦਾ ਹੈ ਇਸ ਤੋਂ ਇਲਾਵਾ ਇਹ ਰੀਡ ਕਰਨ ਤੋਂ ਬਾਅਦ ਦੇ ਕੁਝ ਨੋਟਸ ਦਿੱਤੇ ਹੋਏ ਨੇ ਇਹਨਾਂ ਇਹ ਐਡਮਿਟ ਕਾਰਡ ਰੋਲ ਨੰਬਰ ਪ੍ਰੀਖਿਆ ਦੇ ਕੇਂਦਰ ਨਾਮ ਦਰਸਾਏ વિના ਉਮੀਦਵਾਰ ਨੂੰ ਉਹਨਾਂ ਦੇ ਰਜਿਸਟਰ ਈਮੇਲ ਆਈਡੀ ਤੇ ਮੇਲ ਕਰ ਦਿੱਤੇ ਜਾਣਗੇ। ਉਸੇ ਪੀਐਸਪੀਸੀਐਲ ਦੀ ਵੈਬਸਾਈਟ ਤੋਂ ਵੀ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਦੋਸਤੋ ਫਿਕਰ ਨਾ ਕਰੋ ਜਿਵੇਂ ਹੀ ਈ ਐਡਮਿਟ ਕਾਰਡ ਜਾਰੀ ਹੁੰਦੇ ਨੇ ਮੈਂ ਇੱਕ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ ਤੇ ਤੁਸੀਂ ਮੋਬਾਈਲ ਤੇ ਵੀ ਡਾਊਨਲੋਡ ਕਰ ਸਕਦੇ ਹੋ ਤਾਂ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੈਗੂਲਰਲੀ ਹੀ ਅਪਡੇਟ ਰਹਿਣ ਵਾਸਤੇ ਅਤੇ ਨੋਟ ਨੰਬਰ 2 ਵਿੱਚ ਕੀ ਕਿਹਾ ਇਹਨਾਂ ਨੇ ਜਿਹੜੇ ਪ੍ਰੀਖਿਆ ਦੇ ਪ੍ਰੀਖਿਆ ਕੇਂਦਰ ਦਾ ਨਾਮ ਸਹਿਤ ਐਡਮਿਟ ਕਾਰਡ ਹੋਣਗੇ ਉਹ ਜਿੱਦੇ ਤੁਹਾਡਾ ਐਗਜ਼ਾਮ ਹੋਵੇਗਾ ਮੰਨ ਲਓ ਤੁਹਾਡਾ 8 ਜਾਂ 9 ਤਰੀਕ ਨੂੰ ਐਗਜ਼ਾਮ ਹੈ 8 ਤਰੀਕ ਨੂੰ ਐਗਜ਼ਾਮ ਹੈ ਤੋਂ ਉਸ ਦੇ ਬਾਅਦ 72 ਘੰਟਿਆਂ ਤੋਂ ਪਹਿਲਾਂ ਪਹਿਲਾਂ ਤੁਹਾਡੇ ਆਫੀਸ਼ੀਅਲ ਵੈਬਸਾਈਟ ਉੱਪਰ ਇਹ ਚਾੜ ਦੇਣਗੇ ਜਾਂ ਈਮੇਲ ਆਈ ਡੀ ਰਾਹੀਂ ਤੁਹਾਡੇ ਤੋਂ ਈਮੇਲ ਦੇ ਸੈਂਡ ਕਰ ਦਿੱਤੇ ਜਾਣਗੇ ਇਸ ਐਡਮਿਟ ਕਾਰਡ ਵਿੱਚ ਤੁਹਾਡੀ ਪੂਰੀ ਡਿਟੇਲ ਪ੍ਰੀਖਿਆ ਕਿੱਥੇ ਹੋਵੇਗੀ ਕਦੋਂ ਹੋਵੇਗੀ ਕਿਹੜੇ ਸ਼ਿਫਟ ਵਿੱਚ ਹੋਵੇਗੀ ਪੂਰੀ ਡਿਟੇਲ ਤੁਹਾਨੂੰ ਦਿੱਤੀ ਹੋਵੇਗੀ ਐਂਡ ਨੋਟ ਨੰਬਰ 3 ਦੀ ਗੱਲ ਕਰੀਏ ਇੱਥੇ ਇਹਨਾਂ ਨੇ ਲਿਖਿਆ ਕਿਸੇ ਵੀ ਹਾਲਤ ਵਿੱਚ ਉਮੀਦਵਾਰਾਂ ਨੂੰ ਉਸ ਦੇ ਫਾਈਨਲ ਈ ਐਡਮਿਟ ਕਾਰਡ ਰੋਲ ਨੰਬਰ ਅਤੇ ਅਸਲੀ ਸਨਾਖਤ ਕਾਰਡ ਆਪਣਾ ਆਈ ਡੀ ਪ੍ਰੂਫ ਤੋਂ ਬਿਨਾ ਪ੍ਰੀਖਿਆ ਕੇਂਦਰ ਵਿੱਚ ਫਰਮਿਲ ਨਹੀਂ ਹੁਣ ਦਿੱਤਾ ਜਾਵੇਗਾ ਤੇ ਯਾਦ ਰੱਖਿਓ ਆਪਣਾ ਐਡਮਿਟ ਕਾਰਡ ਯਾਨੀ ਰੋਲ ਨੰਬਰ ਜ਼ਰੂਰ ਲੈ ਕੇ ਜਾਣਾ ਤੇ ਇੱਕ ਆਪਣਾ ਆਈਡੀ ਪ੍ਰੂਫ ਵੋਟਰ ਕਾਰਡ ਜਾਂ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਲਾਜ਼ਮੀ ਹੈ ਇਸ ਤੋਂ ਬਾਅਦ ਪੁਆਇੰਟ ਨੰਬਰ 4 ਦੀ ਗੱਲ ਕਰੀਏ ਪ੍ਰੀਖਿਆ ਦੀ ਮੇਥੇ ਸ਼ਿਫਟ ਅਤੇ ਪ੍ਰੀਖਿਆ ਦੇ ਕੇਂਦਰ ਨੂੰ ਬਦਲਣ ਦੀ ਕਿਸੇ ਵੀ ਤਰ੍ਹਾਂ ਦੀ ਅਰਜੀ ਪ੍ਰਵਾਨ ਨਹੀਂ ਕੀਤੀ ਜਾਵੇਗੀ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਵੀ ਜਿਹੜਾ ਸੈਂਟਰ ਹੈ ਉਹ ਦੂਰ ਆ ਗਿਆ ਉਸ ਨੂੰ ਆਪਾਂ ਨੇੜੇ ਕਰਵਾ ਲਈਏ ਕੋਈ ਅਰਜੀ ਦੇ ਕੇ ਤਾਂ ਇਸ ਤਰ੍ਹਾਂ ਦੀ ਕੋਈ ਵੀ ਇਹਨਾਂ ਨੇ ਫੈਸੀਬਿਲਿਟੀ ਨਹੀਂ ਮੈਨਸ਼ਨ ਕੀਤੀ ਤੇ ਪੌਣ ਨੰਬਰ 5 ਦੀ ਗੱਲ ਕਰੀ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹੋਰ ਵਿਸਥਾਰ ਜਾਣਕਾਰੀ ਲਈ ਸਮੇਂ-ਸਮੇਂ ਦੇ ਪੀਐਸਪੀਸੀਐਲ ਦੀ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ। ਲੋਕ ਦੋਸਤੋ ਏਸੀਪੀ ਐਸਪੀਸੀਐਲ ਵੱਲੋਂ ਆਇਆ ਲੇਟੈਸਟ ਅਪਡੇਟ ਜੇ ਹੋਰ ਕੋਈ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਇਸ ਟਾਈਮ ਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਐਂਡ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ।